ਆਈਡੀਆ ਇਹ ਸੀਗਾ ਕਿ ਥੋੜ੍ਹੀ ਡਿਫਰੈਂਟ ਫਿਲਮ ਹੈ, ਡਿਫਰੈਂਟ ਕਨਸੈਪਟ ਹੈ। ਪਹਿਲੀ ਵਾਰ ਕੁਛ ਫਿਲਮ 'ਚ ਕੁੜੀਆਂ ਦੇ ਹੱਕ ਦੀ ਗੱਲ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਦਾਂ ਲੋਕਾਂ ਦੇ ਚਿਹਰਿਆਂ 'ਤੇ ਸਮਾਈਲ ਅਤੇ ਅੱਖਾਂ ਨਮ ਦਿਖ ਰਿਹਾ, ਆਹ ਬਹੁਤ ਜ਼ਰੂਰੀ ਸੀਗਾ। ਬੰਗੂਗੜ੍ਹ ਦਾ ਭਰਾ ਵਾਪਸ ਆਇਆ, ਇਹਨੂੰ ਮੈਂ ਛੋੜ ਨਹੀਂ ਸਕਦਾ। ਜਸ ਗਰੇਵਾਲ, ਹਾਂਜੀ, ਅੱਜ ਕੱਲ੍ਹ ਮੈਂ ਇੰਨੀਆਂ ਸੋਹਣੀਆਂ ਪੰਜਾਬੀ ਫਿਲਮਾਂ ਐਕਸਪੈਕਟ ਨਹੀਂ ਕਰਦਾ। ਰਾਈਟਰ ਹੋ ਤੁਸੀਂ, ਤੁਸੀਂ ਲਿਆਓ ਨਾ, ਬਹੁਤ ਸੋਹਣੇ ਸੋਹਣੇ, ਤੁਹਾਡੀ ਤਾਂ ਰਾਈਟਿੰਗ ਦੇ ਲੋਕੀ ਫੈਨ ਹੈਗੇ, ਤੁਸੀਂ ਲਿਆਓ। ਮੇਰੇ ਡਾਇਰੈਕਟਰ ਪ੍ਰੋਡਿਊਸਰ ਤੁਸੀਂ ਬਣ ਜਾਓ। ਐਨੀ ਪੈਸੇ ਪੈਸੇ ਐਨੀ। ਤੁਸੀਂ ਪੰਜਾਬ ਦੀ ਕੁੜੀਆਂ ਦੇ ਬਾਰੇ ਕੋਈ ਗੱਲ ਕਹਿਣਾ ਚਾਹ ਰਹੇ ਹੋ, ਸੋ ਗੱਲ ਕਿਸੇ ਵੀ ਲੈਵਲ 'ਤੇ ਰੋਂਗ ਨਹੀਂ ਹੋਣੀ ਚਾਹੀਦੀ। ਹਾਂ, ਐਂਟਰਟੇਨਮੈਂਟ ਦੇ ਨਾਲ ਅਗਰ ਆਪਣਾ ਕੋਈ ਮੁੱਦਾ ਹੋਵੇ ਤਾਂ ਉਹ ਸੋਨੇ ਦੇ ਸੁਹਾਗਾ ਹੁੰਦਾ ਹੈ, ਕਿਉਂਕਿ ਇਸ 'ਤੇ ਬਹੁਤ ਜ਼ਿਆਦਾ ਮਿਹਨਤ। ਮੈਂ ਜਿੱਦਾਂ ਕਹਿ ਰਿਹਾ ਕਿ ਸਾਡੀ ਟੀਮ ਨੇ ਰਕੇਸ਼ ਭਾਜੀ, ਗਿੱਪੀ ਗਰੇਵਾਲ, ਤਾਨੀਆ, ਰੇਨੂ, ਰਾਜ ਚੌਕਰ, ਹਰਦੀਪ ਗਿੱਲ, ਨਿਰਮਲ ਮੈਮ, ਅਨੀਤਾ ਦੇਵਗਨ ਮੈਮ, ਸਭ ਨੇ ਆਊਟ ਆਫ ਦਾ ਵੇ ਕੰਮ ਕੀਤਾ। ਮਿੱਤਰਾਂ ਦਾ ਨਾਂ ਚੱਲਦਾ ਮੂਵੀ ਦੇਖ ਕੇ ਨਿਕਲਿਆ, ਫਿਲਮ ਦੇ ਕਰਤਾ ਧਰਤਾ ਫਿਲਮ ਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਹੈ, ਪੰਕਜ ਬੱਤਰਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣਾ ਪਹਿਲਾਂ ਤਾਂ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਜਿਹੜਾ ਖੁਸ਼ੀ ਦੇ ਲੱਡੂ ਹੁੰਦੇ ਆ, ਬਟਰਫਲਾਈਜ਼ ਹੁੰਦੀਆਂ ਜਦੋਂ ਆਪਣਾ ਕੰਮ ਸਿਨੇਮਾ ਲੋਕ ਇੰਨੇ ਦੇਖਦੇ ਆਉਂਦੇ ਆ, ਇਹ ਬਟਰਫਲਾਈਜ਼ ਕਿੰਨੀਆਂ ਆਉਂਦੀਆਂ ਨੇ ਉਦੋਂ? ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਔਰ ਮੈਂ ਬਹੁਤ ਐਕਚੁਅਲੀ ਫਰੈਂਕਲੀ ਦੱਸਾਂ, ਮੈਂ ਬਹੁਤ ਡਰਿਆ ਹੋਇਆ ਸੀਗਾ। ਆਈਡੀਆ ਇਹ ਸੀਗਾ ਕਿ ਥੋੜ੍ਹੀ ਡਿਫਰੈਂਟ ਫਿਲਮ ਹੈ, ਡਿਫਰੈਂਟ ਕਨਸੈਪਟ ਹੈ, ਪਹਿਲੀ ਵਾਰ ਕੁਛ ਫਿਲਮ 'ਚ ਕੁੜੀਆਂ ਦੇ ਹੱਕ ਦੀ ਗੱਲ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਨਡਾਊਟਲੀ ਉਹ ਬਹੁਤ ਐਂਟਰਟੇਨਿੰਗ ਵੇ ਦੇ ਨਾਲ ਕਹਿਣਾ ਚਾਹੁੰਦਾ ਸੀਗਾ, ਔਰ ਮੈਂ ਅੱਜ ਜਿੱਦਾਂ ਰਿਸਪੋਂਸ ਦੇਖ ਰਿਹਾ, ਜਿੱਦਾਂ ਲੋਕਾਂ ਦੇ ਚਿਹਰਿਆਂ 'ਤੇ ਸਮਾਈਲ ਅਤੇ ਅੱਖਾਂ ਨਮ ਦੇਖ ਰਿਹਾ, ਆਹ ਬਹੁਤ ਜ਼ਰੂਰੀ ਸੀਗਾ। ਅੱਜ ਮੈਂ ਕਾਫੀ ਕੌਨਫੀਡੈਂਟ ਫੀਲ ਕਰ ਰਿਹਾ, ਐਂਡ ਆਈ ਫੀਲ ਵੈਰੀ ਹੈਪੀ, ਔਰ ਮੈਂ ਬਹੁਤ ਥੈਂਕਫੁਲ ਹਾਂ ਗਿੱਪੀ ਭਾਜੀ ਦਾ, ਆਪਣੇ ਰਾਈਟਰ ਰਕੇਸ਼ ਧਵਨ ਭਾਜੀ ਦਾ। ਇਹਨਾਂ ਦੋਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਨਾਲ ਟੂ ਮਾਊਂਟ ਦਾ ਕੈਰੇਕਟਰ। ਸਭ ਤੋਂ ਜ਼ਿਆਦਾ ਜੋ ਆ ਜਾਓ ਨਾਲ ਹੀ ਆ ਜਾਓ, ਬੰਬੂਗੜ੍ਹ ਦਾ ਭਰਾ ਵਾਪਸ ਆਇਆ, ਇਹਨੂੰ ਮੈਂ ਛੋੜ ਨਹੀਂ ਸਕਦਾ, ਜਸ ਗਰੇਵਾਲ, ਹਾਂਜੀ। ਮੈਨੂੰ ਫਿਲਮ ਬਹੁਤ ਸੋਹਣੀ ਲੱਗੀ ਅਤੇ ਮੈਂ ਕਾਫੀ ਦੇਰ ਦਾ ਖੜਾ ਵੇਟ ਕਰ ਰਿਹਾ, ਬਾਈ ਜੀ ਕੋਲ ਫੁਰਸਤ ਹੈ ਨਹੀਂ, ਮੈਂ ਕਾਫੀ ਦੇਰ ਦਾ ਵੇਟ ਕਰ ਰਿਹਾ ਦਿਨ ਹੈ ਨਾ। ਮੈਂ ਕਹਿ ਕੇ ਜਾਣਾ ਸੀਗਾ ਕਿ ਭਾਈ ਮੈਨੂੰ ਫਿਲਮ ਬਹੁਤ ਵਧੀਆ ਲੱਗੀ। ਥੈਂਕ ਯੂ ਸਵਾਦ ਆ ਗਿਆ ਫਿਲਮ ਦੇਖਣ ਦਾ, ਅਤੇ ਮੈਂ ਸੱਚੀ ਗੱਲ ਦੱਸਾਂ, ਵਧੀਆ ਫਿਲਮ ਸੀ, ਸੋਚ ਗਿਆ ਮੈਂ ਕਈ ਗੱਲਾਂ, ਪਰ ਵਧੀਆ ਫਿਲਮ ਸੀਗੀ। ਅੱਜ ਕੱਲ੍ਹ ਮੈਂ ਇੰਨੀਆਂ ਸੋਹਣੀਆਂ ਪੰਜਾਬੀ ਫਿਲਮਾਂ ਐਕਸਪੈਕਟ ਨਹੀਂ ਕਰਦਾ, ਹੈ ਨਾ, ਅਤੇ ਮੈਂ ਇੰਜੋਏ ਕੀਤੀ ਫਿਲਮ। ਤੁਸੀਂ ਰਾਈਟਰ ਹੋ, ਤੁਸੀਂ ਲਿਆਓ ਨਾ, ਬਹੁਤ ਸੋਹਣੇ ਸੋਹਣੇ, ਤੁਹਾਡੀ ਤਾਂ ਰਾਈਟਿੰਗ ਦੇ ਲੋਕ ਫੈਨ ਹੈਗੇ, ਤੁਸੀਂ ਲਿਆਓ। ਮੇਰੇ ਡਾਇਰੈਕਟਰ ਪ੍ਰੋਡਿਊਸਰ ਤੁਸੀਂ ਬਣ ਜਾਓ, ਇੰਨੀ ਪੈਸੇ ਪੈਸੇ ਇੰਨੀ। ਸੋ ਪੰਕਜ ਜੀ, ਜਦੋਂ ਆਪਣਾ ਕੰਮ ਅਸੀਂ ਦੇਖਦੇ ਹਾਂ, ਜਦੋਂ ਅਸੀਂ ਇਗਜ਼ਾਮ ਵੀ ਲਿਖ ਕੇ ਆਉਂਦੇ ਨਾ, ਘਰ ਆ ਕੇ ਯਾਦ ਆਉਂਦਾ ਕਿ ਸ਼ਿਟ ਆਹ ਤਾਂ ਰਹਿ ਗਿਆ, ਆਹ ਚੀਜ਼ ਹੋ ਗਈ। ਸੋ ਕੋਈ ਚੀਜ਼ ਐਸੀ ਹੈ ਜੋ ਤੁਸੀਂ ਓਬਜ਼ਰਵ ਕਰਦੇ ਹੋ ਆਪਣੇ ਕੰਮ 'ਚ, ਜਦੋਂ ਦੇਖਦੇ ਹੋ ਸਿਨੇਮਾ ਦੇ ਵਿੱਚ, ਫਿਰ ਯਾਦ ਆਉਂਦਾ ਕਿ ਅੱਛਾ ਆਹ ਚੀਜ਼ ਮੈਂ ਇੱਥੇ ਆਹ ਚੀਜ਼ ਠੀਕ ਕਰ ਸਕਦਾ ਸੀ, ਆਹ ਚੀਜ਼ ਹੋ ਸਕਦੀ ਸੀ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ, ਇਸ ਫਿਲਮ ਨਾਲ ਕੁਛ ਨਹੀਂ ਹੈ। ਮੈਂ ਇਸ ਫਿਲਮ 'ਤੇ ਪੂਰਾ ਸਾਲ ਲਾਇਆ, ਮੈਂ ਇਸ ਸਾਲ 'ਚ ਕੋਈ ਹੋਰ ਫਿਲਮ ਨਹੀਂ ਬਣਾਈ, ਕਿਉਂਕਿ ਮੈਂ ਇਸ ਗੱਲ ਨੂੰ ਵੀ ਜਾਣਦਾ ਸੀਗਾ ਕਿ ਜਿਸ ਕਿਸਮ ਦਾ ਮੈਂ ਮੁੱਦਾ ਚੱਕ ਰਿਹਾ ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਰਿਸਪੋਂਸੀਬਿਲਟੀ ਵੀ ਹੈ। ਤੁਸੀਂ ਪੰਜਾਬ ਦੀ ਕੁੜੀਆਂ ਦੇ ਬਾਰੇ ਕੋਈ ਗੱਲ ਕਹਿਣਾ ਚਾਹ ਰਹੇ ਹੋ, ਸੋ ਉਹ ਗੱਲ ਕਿਸੇ ਵੀ ਲੈਵਲ 'ਤੇ ਰੋਂਗ ਨਹੀਂ ਹੋਣੀ ਚਾਹੀਦੀ, ਸੋ ਉਹ ਗੱਲ 100% ਰੋਂਗ ਨਹੀਂ ਹੈ, ਔਰ ਉਹ ਗੱਲ ਬਹੁਤ ਐਂਟਰਟੇਨਿੰਗ ਹੋਣੀ ਚਾਹੀਦੀ ਹੈ। ਗਿਆਨ ਨਹੀਂ ਹੋਣਾ ਚਾਹੀਦਾ, ਸਾਡੇ ਪੰਜਾਬੀਆਂ ਨੂੰ ਗਿਆਨ ਨਹੀਂ ਚਾਹੀਦਾ, ਫਿਲਮਸ ਗਿਆਨ ਦੇਣ ਵਾਸਤੇ ਨਹੀਂ ਹੈ। ਫਿਲਮ ਆਦਮੀ ਦੇਖਣ ਆਉਂਦਾ ਹੈ ਸੈਟਰਡੇ ਸੰਡੇ ਨੂੰ ਐਂਟਰਟੇਨ ਹੋਣ, ਹਾਂ, ਐਂਟਰਟੇਨਮੈਂਟ ਦੇ ਨਾਲ ਅਗਰ ਆਪਣਾ ਕੋਈ ਮੁੱਦਾ ਹੋਵੇ ਤਾਂ ਉਹ ਸੋਨੇ ਦੇ ਸੁਹਾਗਾ ਹੁੰਦਾ ਹੈ। ਸੋ ਮਿੱਤਰਾਂ ਦਾ ਨਾਂ ਚੱਲਦਾ ਉੱਦਾਂ ਦੀ ਫਿਲਮ ਹੈ, ਇਸ 'ਚ ਮੈਨੂੰ ਇੱਕ ਫਰੇਮ ਵੀ ਇੱਦਾਂ ਦਾ ਨਹੀਂ ਲੱਗਦਾ ਜਿਹੜਾ ਮੈਨੂੰ ਐਂ ਲੱਗੇ ਕਿ ਯਾਰ ਉਹ ਤੇਰੇ ਦੀ ਇਹ ਗਲਤ ਹੋ ਗਿਆ, ਜਾਂ ਮੈਨੂੰ ਵਾਪਸ ਟਾਈਮ ਮਿਲੇਗਾ ਤਾਂ ਮੈਂ ਠੀਕ ਕਰੂੰਗਾ, ਕਿਉਂਕਿ ਇਸ 'ਤੇ ਬਹੁਤ ਜ਼ਿਆਦਾ ਮਿਹਨਤ। ਮੈਂ ਜਿੱਦਾਂ ਕਹਿ ਰਿਹਾ ਕਿ ਸਾਡੀ ਟੀਮ ਨੇ ਰਕੇਸ਼ ਭਾਜੀ, ਗਿੱਪੀ ਗਰੇਵਾਲ, ਤਾਨੀਆ, ਰੇਨੂ, ਰਾਜ ਚੌਕਰ, ਹਰਦੀਪ ਗਿੱਲ, ਨਿਰਮਲ ਮੈਮ, ਅਨੀਤਾ ਦੇਵਗਨ ਮੈਮ, ਸਭ ਨੇ ਆਊਟ ਆਫ ਦਾ ਵੇ ਕੰਮ ਕੀਤਾ, ਔਰ ਇਹ ਬਹੁਤ ਅੱਛਾ ਰਿਜ਼ਲਟ ਹੈ ਬਾਈ ਦਾ ਗੋਡ ਗ੍ਰੇਸ, ਜਿੱਦਾਂ ਆਡੀਅੰਸ ਦਾ ਰਿਸਪੋਂਸ ਹੈ। ਔਰ ਮੈਂ ਸ਼ਿਓਰ ਹਾਂ ਕੱਲ੍ਹ ਜਿੱਦਾਂ ਹੀ ਫਿਲਮ ਬਾਹਰ ਆਏਗੀ ਥੀਏਟਰਸ, ਸਭ ਨੂੰ ਬਹੁਤ ਪਸੰਦ ਆਏਗੀ। ਬਸ ਆਖਰੀ ਸਵਾਲ ਹੋਏਗਾ ਕਿ ਕਿਹੜਾ ਸ਼ਾਟ ਜਾਂ ਕਿਹੜਾ ਸੀਨ ਸੀਗਾ ਮੂਵੀ ਦੇ ਵਿੱਚ ਜਿਹਨੂੰ ਸ਼ੂਟ ਕਰਨ ਲਈ ਬਹੁਤ ਜ਼ਿਆਦਾ ਐਫਰਟਸ ਔਰ ਬਹੁਤ ਲੰਬਾ ਟਾਈਮ ਲੱਗਿਆ ਹੋਵੇ, ਜਾਂ ਫਿਰ ਕਈ ਵਾਰ ਹੁੰਦਾ ਕਿ ਸੋਚਿਆ ਸੀਗਾ ਕਿ ਇੱਕ ਦਿਨ ਦਾ ਸ਼ਡਿਊਲ ਹੋਏਗਾ ਬਟ ਉਹਨੂੰ 2 ਦਿਨ ਲੱਗ ਗਏ, ਸੋ ਕਿਹੜਾ ਸੀਨ ਐਸਾ ਸੀ ਜਿਹਨੂੰ ਥੋੜ੍ਹਾ ਟਾਈਮ ਜ਼ਿਆਦਾ ਲੱਗਿਆ ਸੀ ਔਰ ਟਫ ਔਰ ਉਹ ਨਿਕਲ ਕੇ ਬਹੁਤ ਸੋਹਣਾ ਆਇਆ? ਸੀ, ਇਹ ਪਿਕਚਰ ਦਾ ਕਲਾਈਮੈਕਸ ਸੀਗਾ ਜਦੋਂ ਗਿੱਪੀ ਭਾਜੀ ਔਰ ਸ਼ਵੇਤਾ ਤਿਵਾਰੀ ਜੀ ਬੋਲਣਾ ਸ਼ੁਰੂ ਕਰਦੇ ਹੈ, ਔਰ ਜਦੋਂ ਗਿੱਪੀ ਭਾਜੀ ਜੀ ਉਹ ਇੱਕ ਮੋਨੋਲੋਗ ਚੱਕਦੇ ਹੈ, ਉਹਨੂੰ ਉਸ ਪਰਸੈਪਸ਼ਨ 'ਤੇ ਕਹਿਣਾ ਕਿ ਉਹ ਬਹੁਤ ਜ਼ਿਆਦਾ ਗਿਆਨ ਨਾ ਲੱਗੇ,
वो बहुत दिलों लगे गल ता कि वो एक फिल्म का लास्ट हाइप है जिथे लोगों ने कहना हाँ ये गल बनी है। सो फिल्म का क्लाइमेक्स सब तो डिफिकल्ट सीगा, जिन्हों सब तो ज़्यादा औखा काम सीगा उस तरीके नाल एग्जीक्यूट करना। असेंबल कास्ट, सारी कास्ट है उत्थे, डिफरेंट एंगल्स हैं, एक डिफरेंट ग्राफ है, उस कॉमेडी भी करनी है, उस सीरियस गल भी कहनी है। सो वो बहुत बड़ा बैलेंस है कि कॉमेडी कितने सीरियस गल नू बिल्कुल ख़राब ना कर दे और सीरियस कितने इन्नी सीरियस ना हो जाए कि लोगों नू लगे कि नहीं ज्ञान दे रहे हैं। सो बैलेंस करना बहुत औखा काम सीगा, बट टचवुड वो बहुत अच्छा बैलेंस होया। थैंक यू सो मच। थैंक यू।